ਚੋਣਾਂ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ 'ਤੇ ਲਗਾਏ ਸਪੈਸ਼ਲ ਨਾਕੇ 'ਤੇ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਕਾਰ ਸਵਾਰ ਦੋ ਨੌਜਵਾਨਾਂ ਤੋਂ 25 ਲੱਖ ਰੁਪਏ ਬਰਾਮਦ ਹੋਏ। ਜਦਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਚੱਲਦੇ 50,000 ਤੋਂ ਵੱਧ ਦੀ ਰਕਮ ਬਿਨਾਂ ਸਬੂਤ ਅਤੇ ਕਾਗਜ਼ਾਂ ਤੋਂ ਲੈ ਕੇ ਜਾਣ 'ਤੇ ਪਾਬੰਦੀ ਹੈ, ਤਾਂ ਕਾਰ ਸਵਾਰ ਨੌਜਵਾਨਾਂ ਦੇ ਕੋਲ ਕੋਈ ਵੀ ਸਬੂਤ ਅਤੇ ਕਾਗਜ਼ ਨਹੀਂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ। ਤਾਂ ਦੱਸ ਦੇ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਹਾਈਟੈਕ ਨਾਕਾ ਲੱਗਿਆ ਹੋਇਆ ਸੀ, ਤਾਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ, ਤਾਂ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੋਕਿਆ, ਉਸਦੀ ਤਲਾਸ਼ੀ ਲਈ, ਤਾਂ ਉਸਦੇ ਵਿੱਚੋਂ ਕਰੀਬ 25 ਲੱਖ ਰੁਪਏ ਬਰਾਮਦ ਹੋਏ ਅਤੇ ਕਾਰ ਦੇ ਵਿੱਚ ਦੋ ਨੌਜਵਾਨ ਬੈਠੇ ਸੀ ਜਿਹੜੇ ਕਿ ਗੋਬਿੰਦਗੜ੍ਹ ਅਤੇ ਖੰਨਾ ਦੇ ਸੀ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਦੇ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਹੈ। ਨਾਕੇ ਦੌਰਾਨ ਆਪਣੀ ਚੈਕਿੰਗ ਕੀਤੀ ਜਾ ਰਹੀ ਸੀ, ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਇਆ ਫੜਿਆ। ਆਕਾਸ਼ਦੀਪ ਸਿੰਘ ਹੈਗਾ ਗੋਬਿੰਦਗੜ੍ਹ ਦਾ ਬੰਦਾ, ਉਹਦੇ ਸੰਬੰਧ 'ਚ ਅਸੀਂ DDR ਪਾਈ ਆ, ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਲੈ ਗਿਆ। ਲੁਧਿਆਣਾ ਤੋਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ, ਆਪਣੀ ਛਾਣਬੀਣ ਕਰ ਰਹੇ ਨੇ। ਚੋਣਾਂ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ 'ਤੇ ਲਗਾਏ ਸਪੈਸ਼ਲ ਨਾਕੇ 'ਤੇ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਕਾਰ ਸਵਾਰ ਦੋ ਨੌਜਵਾਨਾਂ ਤੋਂ 25 ਲੱਖ ਰੁਪਏ ਬਰਾਮਦ ਹੋਏ। ਜਦਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਚੱਲਦੇ 50,000 ਤੋਂ ਵੱਧ ਦੀ ਰਕਮ ਬਿਨਾਂ ਸਬੂਤ ਅਤੇ ਕਾਗਜ਼ਾਂ ਤੋਂ ਲੈ ਕੇ ਜਾਣ 'ਤੇ ਪਾਬੰਦੀ ਹੈ, ਤਾਂ ਕਾਰ ਸਵਾਰ ਨੌਜਵਾਨਾਂ ਦੇ ਕੋਲ ਕੋਈ ਵੀ ਸਬੂਤ ਅਤੇ ਕਾਗਜ਼ ਨਹੀਂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ। ਤਾਂ ਦੱਸ ਦੇ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਹਾਈਟੈਕ ਨਾਕਾ ਲੱਗਿਆ ਹੋਇਆ ਸੀ, ਤਾਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ, ਤਾਂ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੋਕਿਆ, ਉਸਦੀ ਤਲਾਸ਼ੀ ਲਈ, ਤਾਂ ਉਸਦੇ ਵਿੱਚੋਂ ਕਰੀਬ 25 ਲੱਖ ਰੁਪਏ ਬਰਾਮਦ ਹੋਏ ਅਤੇ ਕਾਰ ਦੇ ਵਿੱਚ ਦੋ ਨੌਜਵਾਨ ਬੈਠੇ ਸੀ ਜਿਹੜੇ ਕਿ ਗੋਬਿੰਦਗੜ੍ਹ ਅਤੇ ਖੰਨਾ ਦੇ ਸੀ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਦੇ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਹੈ। ਨਾਕੇ ਦੌਰਾਨ ਆਪਣੀ ਚੈਕਿੰਗ ਕੀਤੀ ਜਾ ਰਹੀ ਸੀ, ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਇਆ ਫੜਿਆ। ਆਕਾਸ਼ਦੀਪ ਸਿੰਘ ਹੈਗਾ ਗੋਬਿੰਦਗੜ੍ਹ ਦਾ ਬੰਦਾ, ਉਹਦੇ ਸੰਬੰਧ 'ਚ ਅਸੀਂ DDR ਪਾਈ ਆ, ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਲੈ ਗਿਆ। ਲੁਧਿਆਣਾ ਤੋਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ, ਆਪਣੀ ਛਾਣਬੀਣ ਕਰ ਰਹੇ ਨੇ। ਚੋਣਾਂ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ 'ਤੇ ਲਗਾਏ ਸਪੈਸ਼ਲ ਨਾਕੇ 'ਤੇ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਕਾਰ ਸਵਾਰ ਦੋ ਨੌਜਵਾਨਾਂ ਤੋਂ 25 ਲੱਖ ਰੁਪਏ ਬਰਾਮਦ ਹੋਏ। ਜਦਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਚੱਲਦੇ 50,000 ਤੋਂ ਵੱਧ ਦੀ ਰਕਮ ਬਿਨਾਂ ਸਬੂਤ ਅਤੇ ਕਾਗਜ਼ਾਂ ਤੋਂ ਲੈ ਕੇ ਜਾਣ 'ਤੇ ਪਾਬੰਦੀ ਹੈ, ਤਾਂ ਕਾਰ ਸਵਾਰ ਨੌਜਵਾਨਾਂ ਦੇ ਕੋਲ ਕੋਈ ਵੀ ਸਬੂਤ ਅਤੇ ਕਾਗਜ਼ ਨਹੀਂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ। ਤਾਂ ਦੱਸ ਦੇ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਹਾਈਟੈਕ ਨਾਕਾ ਲੱਗਿਆ ਹੋਇਆ ਸੀ, ਤਾਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ, ਤਾਂ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੋਕਿਆ, ਉਸਦੀ ਤਲਾਸ਼ੀ ਲਈ, ਤਾਂ ਉਸਦੇ ਵਿੱਚੋਂ ਕਰੀਬ 25 ਲੱਖ ਰੁਪਏ ਬਰਾਮਦ ਹੋਏ ਅਤੇ ਕਾਰ ਦੇ ਵਿੱਚ ਦੋ ਨੌਜਵਾਨ ਬੈਠੇ ਸੀ ਜਿਹੜੇ ਕਿ ਗੋਬਿੰਦਗੜ੍ਹ ਅਤੇ ਖੰਨਾ ਦੇ ਸੀ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਦੇ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਹੈ। ਨਾਕੇ ਦੌਰਾਨ ਆਪਣੀ ਚੈਕਿੰਗ ਕੀਤੀ ਜਾ ਰਹੀ ਸੀ, ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਇਆ ਫੜਿਆ। ਆਕਾਸ਼ਦੀਪ ਸਿੰਘ ਹੈਗਾ ਗੋਬਿੰਦਗੜ੍ਹ ਦਾ ਬੰਦਾ, ਉਹਦੇ ਸੰਬੰਧ 'ਚ ਅਸੀਂ DDR ਪਾਈ ਆ, ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਲੈ ਗਿਆ। ਲੁਧਿਆਣਾ ਤੋਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ, ਆਪਣੀ ਛਾਣਬੀਣ ਕਰ ਰਹੇ ਨੇ।